ਕਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਗੈਂਸ ਸਲੰਡਰਾਂ ਬਾਰੇ ਸੋ ਲੋਕਾਂ ਨੂੰ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ ਲੱਗਣ ਵਾਲੀਆਂ ਨੇ ਮੌਜਾ ਹੀ ਮੌਜਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੂਤਰ ਪ੍ਰਦੇਸ਼ ਦੇ ਲੋਕਾਂ ਨੂੰ Holi ਤੋਂ ਪਹਿਲਾਂ ਮੁਫਤ ਗੈਸ ਸਿਲੰਡਰ ਦੀ ਯੋਜਨਾ ਦਾ ਤੋਹਫਾ ਮਿਲ ਸਕਦਾ ਹੈ ਯੋਗੀ ਸਰਕਾਰ ਦੇ ਚੋਣਵਾਦੇ ਵਿੱਚ ਸ਼ਾਮਲ ਉਜਵਲ ਕਿਸ ਯੋਜਨਾ ਕਰਨ ਅਜਿਹਾ ਸੰਭਵ ਹੋਵੇਗਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਸੂਬਾ ਵਿੱਚ ਇਸ ਯੋਜਨਾ ਦੇ ਤਹਿਤ ਲਾਭ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਸ ਲਈ ਹੁਣ ਮੰਨਿਆ ਜਾ ਰਿਹਾ ਹੈ ਕਿ Holi ਤੋਂ ਪਹਿਲਾਂ ਇਹ ਸਹੂਲਤ ਮਿਲ ਸਕਦੀ ਹੈ ਸਬੰਧੀ ਫੂਡ ਐਂਡ ਲੌਜਿਸਟਿਕ ਵਿਭਾਗ ਨੇ Holi Holi ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਵਰਤਮਾਨ ਵਿੱਚ ਉੱਤਰ ਪ੍ਰਦੇਸ਼ ਚ ਉਜਵਲ ਯੋਜਨਾ ਤਹਿਤ 1.65 ਲੱਖ ਯਾਨੀ ਕਿ ਕਰੋੜ ਲਾਭਪਾਤਰੀ ਕਵਰ ਕੀਤੇ ਗਏ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਸੰਕਲਪ ਪੱਤਰ ਵਿੱਚ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ Holi ਅਤੇ Diwali ਮੌਕੇ ਮੁਫਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਸੀ ਨਤੀਜਿਆਂ ਵਿੱਚ ਬਹੁਮਤ ਮਿਲਣ ਤੋਂ ਬਾਅਦ ਭਾਜਪਾ ਨੇ Holi ਤੇ ਇਸ ਦਾ ਇਸ ਨੂੰ ਲਾਭ ਦੇਣ ਦਾ ਤਿਆਰੀ ਕਰ ਲਈ ਹੈ ਜਿਸ ਕਾਰਨ ਹੁਣ ਖੁਰਾਕ ਅਤੇ ਲੌਜਿਸਟਿਕ ਵਿਭਾਗ ਨੇ ਸੋਮਵਾਰ ਨੂੰ ਆਪਣਾ ਪ੍ਰਸਤਾਵ ਕੇਂਦਰ ਨੂੰ ਭੇਜ ਦਿੱਤਾ ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਜਟ ਜਾਰੀ ਕੀਤਾ ਜਾਵੇਗਾ ਤੇ ਜ਼ਿਲ੍ਹਿਆਂ ਵਿੱਚ ਮੁਫਤ ਗੈਸ ਸਿਲੰਡਰ ਵੰਡੇ ਜਾਣਗੇ ਇਸ ਦੇ ਨਾਲ ਹੀ ਸਰਕਾਰ ਨੇ ਛੋਲੇ ਨਮਕ ਅਤੇ ਤੇਲ ਵੀ ਮੁਹੱਈਆ ਕਰਵਾ ਸਕਦੀ ਆ ਸੋ ਰਾਜ ਵਿੱਚ ਚੋਣਵ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਸੀਐਮ ਜੋਗੀ ਅਦਿਤਿਆਨਾਥ ਨੇ ਵੀ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਤਹਿਤ 2-2 ਸਿਲੰਡਰ ਮੁਫਤ ਅਤੇ ਰਾਸ਼ਨ ਮੁਫਤ ਦੇਣ ਦਾ ਐਲਾਨ ਕੀਤਾ ਸੀ ਧੰਨ